ਨਮਸਕਾਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਕਿਸਾਨ ਯੂਨੀਅਨ ਨੇ ਜਿਹੜਾ ਬੰਦ ਨੂੰ ਸੱਦਾ ਦਿੱਤਾ ਸੀ, ਗੁਰਦਾਸਪੁਰ ਦੇ ਵਿੱਚ ਬਹੁਤ ਹੀ ਭਰਮਾ ਹੰਗਾਰਾ ਮਿਲਿਆ। ਕਿਸਾਨ ਯੂਨੀਅਨ ਨੇ ਤੇ 11 ਤੋਂ 3 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਸੀ, ਪਰ ਸ਼ਹਿਰ ਵਾਸੀਆਂ ਨੇ ਸਵੇਰ ਤੋਂ ਹੀ ਆਪਣੀਆਂ ਸਾਰੀਆਂ ਦੁਕਾਨਾਂ ਬੰਦ ਕਰਕੇ ਇਹਨਾਂ ਕਿਸਾਨਾਂ ਦੀ ਹਮਾਇਤ ਕੀਤੀ। ਸੋ ਅਸੀਂ ਤੁਹਾਨੂੰ ਗੁਰਦਾਸਪੁਰ ਦਾ ਹਾਲ ਵੀ ਦਿਖਾਉਂਦੇ ਹਾਂ ਕਿ ਇੱਕਦਮ ਸਾਰਾ ਸ਼ਾਂਤਪੂਰਵਕ ਬੰਦ ਹੋਇਆ ਹੈ। ਕਿਸੇ ਨੂੰ ਵੀ ਕਹਿਣ ਦੀ ਲੋੜ ਨਹੀਂ ਪਈ ਕਿ ਤੂੰ ਮਤਲਬ ਕਿ ਦੁਕਾਨ ਬੰਦ ਕਰ। ਲੋਕਾਂ ਨੇ ਆਪਣੇ ਆਪ ਹੀ ਕਿਸਾਨਾਂ ਦੇ ਅੰਦੋਲਨ ਨੂੰ ਵੱਡਾ ਹੰਗਾਰਾ ਦਿੱਤਾ। ਸੋ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਜਿੰਦਾਬਾਦ, ਸਾਡਾ ਚੈਨਲ ਤੁਸੀਂ ਦੇਖਦੇ ਰਹੋ। ਤੁਹਾਨੂੰ ਅੱਜ ਅਸੀਂ ਸਾਰੇ ਹੀ ਦਿਨ ਦੀ ਅਪਡੇਸ਼ਨ ਜਿਹੜੀ ਆ ਉਹ ਦਿੰਦੇ ਰਹਾਂਗੇ। ਧੰਨਵਾਦ ਦੋਸਤੋ।